ਕਰ ਦੋਸਤੋ ਤੁਹਾਡਾ ਸਭ ਦਾ ਮੇਰੇ ਇਸ YouTube ਚੈਨਲ ਦੇ ਵਿੱਚ ਸਵਾਗਤ ਹੈ ਅੱਜ ਸ਼ੁਰੂ ਕਰ ਰਹੇ ਆਪਾਂ ਮੌਕ ਟੈਸਟ ਸੀਰੀਜ਼ ਦਾ ਪਾਰਟ 3 ਇਹ ਮੌਕ ਟੈਸਟ ਸੀਰੀਜ਼ ਪੰਜਾਬ ਦੇ ਆਉਣ ਵਾਲੇ ਸਾਰੇ ਹੀ ਐਗਜ਼ਾਮ ਦੇ ਲਈ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਇਸ ਵੀਡੀਓਜ਼ ਨੂੰ ਦੇਖ ਕੇ ਤੁਸੀਂ ਚੈੱਕ ਕਰ ਸਕਦੇ ਹੋ ਵੀ ਤੁਹਾਡੀ ਪ੍ਰੈਪਰੇਸ਼ਨ ਕਿਸ ਲੈਵਲ ਤੱਕ ਹੋਈ ਹੋਈ ਹੈ ਤਾਂ ਇਸ ਦੇ ਵਿੱਚ ਜਿਹੜੇ ਵੀ ਕੁਐਸਚਨ ਪੁੱਛੇ ਜਾਣਗੇ ਉਹ ਆਉਣ ਵਾਲੇ ਪੰਜਾਬ ਦੇ ਜਿੰਨੇ ਵੀ ਐਗਜ਼ਾਮ ਨੇ ਚਾਹੇ ਉਹ ਪੰਜਾਬ ਪੁਲਿਸ ਦਾ ਐਗਜ਼ਾਮ ਹੈ ਚਾਹੇ ਪਟਵਾਰੀ ਦਾ ਐਗਜ਼ਾਮ ਹੈ ਚਾਹੇ ਪੰਜਾਬ ਬਿਜਲੀ ਬੋਰਡ ਦੇ ਐਗਜ਼ਾਮ ਨੇ ਸਭ ਦੇ ਵਿੱਚ ਬਹੁਤ ਜ਼ਿਆਦਾ ਮਹੱਤਵਪੂਰਨ ਹੋਣਗੇ ਤਾਂ ਜ਼ਿਆਦਾ ਸਮਾਂ ਨਾ ਖਰਾਬ ਕਰਦੇ ਹੋਏ ਵੀਡੀਓ ਨੂੰ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾ 8 ਲਿਖਿਆਂ ਵਿੱਚੋਂ ਕਿਹੜਾ ਸੋਧ ਐਮਰਜੈਂਸੀ ਦੌਰਾਨ ਪਾਸ ਕੀਤਾ ਗਿਆ ਸੀ ਅਗਰ ਤੁਹਾਨੂੰ ਇਹਨਾਂ ਕੁਐਸਚਨ ਦੇ ਆਨਸਰ ਪਤਾ ਨਹੀਂ ਤਾਂ ਵੀਡੀਓ ਨੂੰ ਪਾਜ਼ ਕਰਕੇ ਆਪਣਾ ਆਨਸਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖੋ ਤੇ ਲਾਸਟ ਦੇ ਵਿੱਚ ਚੈੱਕ ਕਰੋ ਤੁਹਾਡੇ ਟੋਟਲ ਕਿੰਨੇ ਕੁਐਸਚਨ ਨੇ ਜਿਹੜੇ ਉਹ ਬਿਲਕੁਲ ਸਹੀ ਹੋਏ ਨੇ ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਹੈ অপਸ਼ਨ ਡੀ 42 ਸੰਵਿਧਾਨ ਦੇ 42ਵੇਂ ਸੋਧ ਰਾਹੀਂ ਜੋ ਸੰਵਿਧਾਨ ਦਾ 42ਵਾਂ ਸੋਧ ਸੀਗਾ ਉਹ ਉਸ ਸਮੇਂ ਦੌਰਾਨ ਕੀਤਾ ਗਿਆ ਜਦੋਂ ਪੰਜਾਬ ਦੇ ਵਿੱਚ ਐਮਰਜੈਂਸੀ ਲੱਗੀ ਹੋਈ ਸੀ ਪੰਜਾਬ ਦੇ ਵਿੱਚ ਤਿੰਨ ਵਾਰੀ ਐਮਰਜੈਂਸੀ ਲੱਗ ਚੁੱਕੀ ਹੈ ਸਟੇਟ ਐਮਰਜੈਂਸੀ ਪੰਜਾਬ ਦੇ ਵਿੱਚ ਤਿੰਨ ਵਾਰੀ ਲੱਗ ਚੁੱਕੀ ਹੈ ਔਰ ਜਿਹੜਾ 42ਵਾਂ ਅਮੈਂਡਮੈਂਟ ਸੀਗੀ 42ਵਾਂ ਸੂਚ ਸੀ ਇਸ ਨੂੰ ਮਿਨੀ ਕਨਸਟੀਟਿਊਸ਼ਨ ਵੀ ਕਿਹਾ ਜਾਂਦਾ ਹੈ ਜਿਹੜੀ 42ਵਾਂ ਸੂਚ ਸੀਗੀ ਇਸ ਨੂੰ ਮਿਨੀ ਕਨਸਟੀਟਿਊਸ਼ਨ ਵੀ ਕਿਹਾ ਜਾਂਦਾ ਹੈ ਅਗਲਾ ਕੁਐਸਚਨ ਦੇਖਦੇ ਹਾਂ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਕਿਸ ਨੇ ਤਿਆਰ ਕੀਤੀ ਭਾਰਤੀ ਸੰਵਿਧਾਨ ਦੀ ਪ੍ਰਸਤਾਪਨਾ ਜੋ ਇੰਡੀਆ ਦਾ ਪ੍ਰੇਮਬਲ ਹੈ ਉਹ ਕਿਸ ਨੇ ਤਿਆਰ ਕੀਤਾ ਸੀਗਾ ਤਾਂ ਇਸ ਦਾ ਸਹੀ ਜਵਾਬ ਹੈ ਆਪਸ਼ਨ A ਜਵਾਰਲਾਲ ਨਹਿਰੂ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸੀਗੇ ਜਿਹੜੇ ਭੰਡੇ ਜਵਾਰਲਾਲ ਨਹਿਰੂ ਇੰਡੀਆ ਦਾ ਜੋ ਪ੍ਰੇਮਬਲ ਹੈ ਉਹ ਜਵਾਰਲਾਲ ਨਹਿਰੂ ਦੁਆਰਾ ਤਿਆਰ ਕੀਤਾ ਗਿਆ ਹੈ ਅਗਲਾ ਕੁਐਸਚਨ ਦੇਖਦੇ ਹਾਂ ਭਾਰਤੀ ਸੰਵਿਧਾਨ ਦਾ ਕਿਹੜਾ ਲੇਖ ਸੰਵਿਧਾਨਿਕ ਸੋਧਾਂ ਨਾਲ ਸੰਬੰਧਿਤ ਹੈ ਇੰਡੀਅਨ ਕਨਸਟੀਟਿਊਸ਼ਨ ਦਾ ਕਿਹੜਾ ਆਰਟੀਕਲ ਹੈ ਜਿਹੜਾ ਸੰਵਿਧਾਨਿਕ ਸੋਧਾਂ ਦੇ ਨਾਲ ਸੰਬੰਧਿਤ ਹੈ ਇਸ ਦਾ ਰਾਈਟ ਆਨਸਰ ਹੈ অপਸ਼ਨ ਸੀ ਆਰਟੀਕਲ 368 ਆਰਟੀਕਲ 368 ਜਿਹੜਾ ਉਹ ਸੰਵਿਧਾਨਿਕ ਸੋਧਾਂ ਦੇ ਨਾਲ ਸੰਬੰਧਿਤ ਹੈ ਅਗਲਾ ਕੁਐਸਚਨ ਦੇਖਦੇ ਹਾਂ ਜੀ ਕਵੈਸਚਨ ਨੰਬਰ 4 ਕੌਣ ਫੈਸਲਾ ਕਰਦਾ ਹੈ ਕਿ ਬਿੱਲ ਇੱਕ ਮਨੀ ਬਿੱਲ ਹੈ ਜਾਂ ਨਹੀਂ ਕੋਈ ਵੀ ਬਿੱਲ ਜਦੋਂ ਪਾਸ ਕੀਤਾ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਕੋਈ ਵੀ ਬਿੱਲ ਉਹ ਲੋਕ ਸਭਾ ਦੇ ਵਿੱਚ ਪਾਸ ਕੀਤਾ ਜਾਂਦਾ ਹੈ ਤਾਂ ਇਸ ਨੂੰ ਕੌਣ ਡਿਕਲੇਅਰ ਕਰਦਾ ਹੈ ਵੀ ਕੀ ਉਹ ਮਨੀ ਬਿੱਲ ਹੈ ਜਾਂ ਨਹੀਂ ਕਿਸੇ ਵੀ ਬਿਲ ਨੂੰ ਬਿਲ ਬਣਨ ਦੇ ਲਈ ਮжоਰਿਟੀ ਦੀ ਜ਼ਰੂਰਤ ਹੁੰਦੀ ਹੈ ਲੋਕ ਸਭਾ ਦੇ ਟੋਟਲ ਮੈਂਬਰਸ ਦੇ ਵਿੱਚ ਮжоਰਿਟੀ ਦੁਆਰਾ ਹੀ ਕੋਈ ਵੀ ਬਿਲ ਪਾਸ ਕੀਤਾ ਜਾ ਸਕਦਾ ਹੈ ਪਰ ਅਗਰ ਇਹ ਚੈੱਕ ਕਰਨਾ ਹੈ ਵੀ ਕੋਈ ਵੀ ਬਿਲ ਮਨੀ ਬਿਲ ਹੈ ਜਾਂ ਨਹੀਂ ਤਾਂ ਇਸ ਦਾ ਜੋ ਡਿਸੀਜਨ ਹੈ ਉਹ ਲੋਕ ਸਭਾ ਦਾ ਸਪੀਕਰ ਲੈਂਦਾ ਹੈ ਲੋਕ ਸਭਾ ਦਾ ਸਪੀਕਰ ਹੈ ਉਹ ਡਿਕਲੇਅਰ ਕਰਦਾ ਹੈ ਡਿਸੀਜਨ ਲੈਂਦਾ ਹੈ ਕਿ ਕੋਈ ਵੀ ਬਿਲ ਮਨੀ ਬਿਲ ਹੈ ਜਾਂ ਨਹੀਂ ਤਾਂ ਜੋ ਭਾਰਤ ਦੇ ਪਹਿਲੇ ਲੋਕ ਸਭਾ ਦੇ ਸਪੀਕਰ ਸੀ ਉਹ ਸੀ ਜੀ ਵੀ ਮਾਵਲੰਕਰ ਭਾਰਤ ਦੇ ਪਹਿਲੇ ਲੋਕ ਸਭਾ ਦੇ ਜਿਹੜੇ ਸਪੀਕਰ ਸੀ ਉਹ ਸੀ ਜੀਵੀ ਮਾਵਲੰਕਰ ਤੇ ਜੋ ਪ੍ਰੈਜੈਂਟ ਟਾਈਮ ਦੇ ਉੱਪਰ ਭਾਰਤ ਦੀ ਲੋਕ ਸਭਾ ਦੇ ਸਪੀਕਰ ਨੇ ਉਹਨਾਂ ਦਾ ਨਾਮ ਹੈ ਓਮ ਵਿਰਲਾ ਤੇ ਓਮ ਵਿਰਲਾ ਭਾਰਤ ਦੇ 17ਵੇਂ ਲੋਕ ਸਭਾ ਦੇ ਸਪੀਕਰ ਨੇ ਅਗਲਾ ਕੁਐਸਚਨ ਕਿਹੜੀ ਸੰਵਿਧਾਨਿਕ ਸੋਧ ਨੇ ਵੋਟ ਦੇ ਅਧਿਕਾਰ ਨੂੰ 21 ਸਾਲ ਤੋਂ ਘਟਾ ਕੇ 18 ਸਾਲ ਕਰ ਦਿੱਤਾ ਕਿਸ ਅਮੈਂਡਮੈਂਟ ਤੋਂ ਬਾਅਦ ਜੋ ਵੋਟ ਪਾਉਣ ਦੀ ਉਮਰ ਹੈ ਉਹ 21 ਸਾਲ ਤੋਂ ਘਟਾ ਕੇ 18 ਸਾਲ ਕਰ ਦਿੱਤੀ ਗਈ ਸੀ ਤਾਂ ਇਸ ਦਾ ਰਾਈਟ ਆਨਸਰ ਹੈ 61 61ਵੀਂ ਸੋਧ ਤੋਂ ਬਾਅਦ 61ਵੀਂ ਸੋਧ ਤੋਂ ਬਾਅਦ ਜੋ ਵੋਟ ਪਾਉਣ ਦੀ ਉਮਰ ਸੀਗੀ ਉਹ 21 ਸਾਲ ਤੋਂ ਘਟਾ ਕੇ 18 ਸਾਲ ਕਰ ਦਿੱਤੀ ਗਈ ਸੀ ਅਗਲਾ ਕੁਐਸਚਨ ਇਹਨਾਂ ਵਿੱਚੋਂ ਕਿਹੜਾ ਲੋਕ ਸਭਾ ਦਾ ਸੈਸ਼ਨ ਨਹੀਂ ਹੈ ਲੋਕ ਸਭਾ ਦੇ ਟੋਟਲ 3 ਸੈਸ਼ਨ ਹੁੰਦੇ ਨੇ ਔਰ ਉਹ ਹੁੰਦੇ ਨੇ ਬਜਟ ਸੈਸ਼ਨ ਜੋ ਕਿ ਜਨਵਰੀ ਫਰਵਰੀ ਤੋਂ ਲੈ ਕੇ ਮਈ ਤੱਕ ਪੇਸ਼ ਕੀਤਾ ਜਾਂਦਾ ਹੈ ਤੇ ਦੂਸਰਾ ਹੁੰਦਾ ਹੈ ਮੌਨਸੂਨ ਸੈਸ਼ਨ ਜੋ ਜੁਲਾਈ ਤੋਂ ਲੈ ਕੇ ਅਗਸਤ ਜਾਂ ਸਤੰਬਰ ਤੱਕ ਪੇਸ਼ ਕੀਤਾ ਜਾਂਦਾ ਹੈ ਤੇ ਲਾਸਟ ਹੁੰਦਾ ਹੈ ਵਿੰਟਰ ਸੈਸ਼ਨ ਜੋ ਨਵੰਬਰ ਜਾਂ ਦਸੰਬਰ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਤਾਂ ਇਹਨਾਂ ਦੇ ਵਿੱਚੋਂ ਕਿਹੜਾ ਸੈਸ਼ਨ ਨਹੀਂ ਹੈ ਉਹ ਹੈ ਸਮਰ ਸੈਸ਼ਨ ਸਮਰ ਸੈਸ਼ਨ ਹੈ ਜਿਹੜਾ ਉਹ ਲੋਕ ਸਭਾ ਦਾ ਸੈਸ਼ਨ ਨਹੀਂ ਹੈ ਅਗਲਾ ਕੁਐਸਚਨ Veto Veto ਸ਼ਬਦ ਦਾ ਕੀ ਹੈ ਅਰਥ ਹੈ Veto ਕੀ ਹੈ Veto ਇੱਕ ਰਾਸ਼ਟਰਪਤੀ ਦੀ ਪਾਵਰ ਹੁੰਦੀ ਹੈ Veto ਪਾਵਰ ਕਿਹਾ ਜਾਂਦਾ ਇਸ ਨੂੰ ਇਸ ਦਾ ਮੀਨਿੰਗ ਹੁੰਦਾ ਹੈ অপਸ਼ਨ C ਫਾਰਬਿਡ ਇਸ ਦਾ ਮੀਨਿੰਗ ਹੁੰਦਾ ਫਾਰਬਿਡ Veto Veto ਸ਼ਬਦ ਦੀ ਜਿਹੜੀ Veto ਦਾ ਮਤਲਬ ਹੈ Veto ਪਾਵਰ ਦਾ ਮਤਲਬ ਹੈ ਉਹ ਹੁੰਦਾ ਹੈ ਕਿ ਜੋ ਰਾਸ਼ਟਰਪਤੀ ਹੈ ਆਪਣੀ ਇਸ Veto ਪਾਵਰ ਦਾ ਪ੍ਰਯੋਗ ਕਰਕੇ ਕਿਸੇ ਦੀ ਸਜ਼ਾ ਦਿੱਤੀ ਹੋਈ ਹੁੰਦੀ ਹੈ ਉਸ ਨੂੰ ਮਾਫ ਕਰ ਸਕਦਾ ਹੈ ਕਿਸੇ ਦੀ ਸਜ਼ਾ ਦਿੱਤੀ ਹੋਈ ਹੈ ਉਸ ਨੂੰ ਕਟਾ ਸਕਦਾ ਹੈ ਜਾਂ ਕੋਈ ਬਿਲ ਹੈ ਉਸ ਨੂੰ ਭੰਗ ਕਰ ਸਕਦਾ ਹੈ ਮਤਲਬ ਉਸ ਦੇ ਵਿੱਚ ਚੇਂजेस ਕਰ ਸਕਦਾ ਹੈ ਉਹ ਆਪਣੀ ਵੀਟੋ ਪਾਵਰ ਨੂੰ ਯੂਜ਼ ਕਰ ਸਕਦਾ ਹੈ ਵੀਟੋ ਪਾਵਰ ਤਿੰਨ ਤਰੀਕੇ ਦੀ ਹੁੰਦੀ ਹੈ ਐਬਸੋਲਿਊਟ ਪਾਵਰ ਸਸਪੈਂਸ਼ਨ ਐਂਡ ਪਾਕਟ ਵੀਟੋ ਪਾਵਰ ਥਰੀ ਟਾਈਪ ਦੀ ਹੁੰਦੀ ਹੈ ਐਬਸੋਲਿਊਟ ਸਸਪੈਂਸ਼ਨ ਐਂਡ ਪਾਕਟ ਅਗਲਾ ਕੁਐਸਚਨ ਕਿਹੜਾ ਵਿਸ਼ਾ ਸਮੁੱਚੀ ਸੂਚੀ ਵਿੱਚ ਆਉਂਦਾ ਹੈ? ਨੀਚੇ ਦਿੱਤੇ ਗਿਆਂ ਵਿੱਚੋਂ ਕਿਹੜਾ ਕੰਕਰੈਂਟ ਲਿਸਟ ਦੇ ਵਿੱਚ ਆਉਂਦਾ ਹੈ? ਭਾਰਤ ਦੇ ਸੰਵਿਧਾਨ ਦੇ ਵਿੱਚ ਟੋਟਲ 12 ਸ਼ੈਡਿਊਲ ਦਿੱਤੇ ਗਏ ਨੇ। ਭਾਰਤ ਦੇ ਸੰਵਿਧਾਨ ਦੇ ਵਿੱਚ ਸ਼ੈਡਿਊਲਾਂ ਦੀ ਗਿਣਤੀ 12 ਹੈ ਤੇ ਉਹਨਾਂ ਦੇ ਵਿੱਚੋਂ 7ਵੇਂ ਸ਼ੈਡਿਊਲ ਦੇ ਵਿੱਚ 7ਵੇਂ ਸ਼ੈਡਿਊਲ ਦੇ ਵਿੱਚ ਜੋ ਸੇਵਾਵਾਂ ਨੇ ਉਹਨਾਂ ਨੂੰ 3 ਲਿਸਟ ਦੇ ਵਿੱਚ ਡਿਵਾਈਡ ਕੀਤਾ ਗਿਆ ਹੈ। ਪਹਿਲੀ ਲਿਸਟ ਹੈ ਯੂਨੀਅਨ ਲਿਸਟ, ਸੈਕੰਡ ਹੈ ਸਟੇਟ ਲਿਸਟ ਤੇ ਜੋ 3ਰਡ ਲਿਸਟ ਹੈ ਉਹ ਹੈ ਕੰਕਰੈਂਟ ਲਿਸਟ। ਜਿਸ ਦਾ ਕੁਐਸਚਨ ਆਪਾਂ ਨੂੰ ਇਸ ਇਸ ਜਗ੍ਹਾ ਤੇ ਪੁੱਛਿਆ ਗਿਆ ਹੈ ਇਹਨਾਂ ਦੇ ਵਿੱਚੋਂ ਕਿਹੜਾ ਵਿਸ਼ਾ ਜਿਹੜਾ ਕੰਕਰੈਂਟ ਲਿਸਟ ਦੇ ਵਿੱਚ ਆਉਂਦਾ ਹੈ ਤਾਂ ਇਸ ਦਾ ਰਾਈਟ ਆਨਸਰ ਹੈ অপਸ਼ਨ A ਨਿਊਜ਼ਪੇਪਰ ਜੋ ਨਿਊਜ਼ਪੇਪਰ ਹੈ ਉਹ ਕੰਕਰੈਂਟ ਲਿਸਟ ਦੇ ਵਿੱਚ ਆਉਂਦਾ ਹੈ ਜੋ ਕੰਕਰੈਂਟ ਲਿਸਟ ਨੇ ਜਾਂ ਜੋ ਸੂਚੀਆਂ ਨੇ ਤਿੰਨ ਇਹ 7ਵੇਂ ਸ਼ੈਡਿਊਲ ਦੇ ਵਿੱਚ ਦਿੱਤੀਆਂ ਗਈਆਂ ਨੇ ਤਿੰਨ ਲਿਸਟਾਂ ਹੁੰਦੀਆਂ ਨੇ ਯੂਨੀਅਨ ਲਿਸਟ ਸਟੇਟ ਲਿਸਟ ਐਂਡ ਕੰਕਰੈਂਟ ਲਿਸਟ ਅਗਰ ਪੁੱਛਿਆ ਜਾਵੇ ਕੰਕਰੈਂਟ ਲਿਸਟ ਦੇ ਵਿੱਚ ਟੋਟਲ ਕਿੰਨੇ ਵਿਸ਼ੇ ਹੁੰਦੇ ਨੇ ਕਿੰਨੇ ਸਬਜੈਕਟ ਹੁੰਦੇ ਨੇ ਤਾਂ ਇਸ ਦਾ ਰਾਈਟ ਆਨਸਰ ਹੋਏਗਾ অপਸ਼ਨ 52 52 ਵਿਸ਼ੇ ਨੇ ਕਨਕਰੈਂਟ ਲਿਸਟ ਦੇ ਵਿੱਚ ਟੋਟਲ ਹੁੰਦੇ ਨੇ ਤੇ ਜੋ ਕਨਕਰੈਂਟ ਲਿਸਟ ਦਾ ਇੱਕ ਸੁਝਾਅ ਹੈ ਇੱਕ ਤਰੀਕਾ ਹੈ ਇਹ ਕਿਸ ਦੇਸ਼ ਤੋਂ ਲਿਆ ਗਿਆ ਹੈ ਕਿਸ ਦੇਸ਼ ਤੋਂ ਬੋਰੋ ਕੀਤਾ ਸੀਗਾ ਜੋ ਕਨਕਰੈਂਟ ਲਿਸਟ ਦਾ ਸਬਜੈਕਟ ਹੈ ਇੱਕ ਆਈਡੀਆ ਹੈ ਇਹ ਭਾਰਤ ਨੇ ਆਸਟ੍ਰੇਲੀਆ ਤੋਂ ਬੋਰੋ ਕੀਤਾ ਸੀ ਭਾਰਤੀ ਸੰਵਿਧਾਨ ਦੇ ਵਿੱਚ ਜੋ ਕੰਕਰੈਂਟ ਲਿਸਟ ਦਾ ਆਈਡੀਆ ਹੈ ਉਹ ਆਸਟ੍ਰੇਲੀਆ ਤੋਂ ਬੋਰੋ ਕੀਤਾ ਗਿਆ ਹੈ ਇਸ ਦੇ ਵਿੱਚ ਜੋ ਟੋਟਲ ਸਬਜੈਕਟ ਨੇ ਉਹਨਾਂ ਦੀ ਗਿਣਤੀ 52 ਹੈ 52 ਹੈ ਅਗਲਾ ਕੁਐਸਚਨ ਦੇਖਦੇ ਹਾਂ ਆਸਕਰ ਲਈ ਨਾਮਜ਼ਦ ਪਹਿਲੀ ਭਾਰਤੀ ਫਿਲਮ ਕਿਹੜੀ ਸੀ ਫਰਸਟ ਇੰਡੀਅਨ ਫਿਲਮ ਹੂ ਨੋਮੀਨੇਟਡ ਫਾਰ ਆਸਕਰ ਕਿਹੜੀ ਫਿਲਮ ਸੀ ਭਾਰਤ ਦੀ ਜਿਹੜੀ ਆਸਕਰ ਦੇ ਲਈ ਨਾਮਜ਼ਦ ਕੀਤੀ ਗਈ ਸੀ ਤਾਂ ਇਸ ਦਾ ਰਾਈਟ ਆਨਸਰ ਹੈ অপਸ਼ਨ ਸੀ ਮਦਰ ਇੰਡੀਆ ਭਾਰਤ ਦੀ ਪਹਿਲੀ ਮੂਵੀ ਮਦਰ ਇੰਡੀਆ ਜਿਸ ਨੂੰ ਔਸਕਰ ਦੇ ਲਈ ਨੋਮੀਨੇਟ ਕੀਤਾ ਗਿਆ ਸੀ ਤੇ ਇਹ ਨੋਮੀਨੇਸ਼ਨ ਹੋਈ ਸੀ 1957 ਦੇ ਵਿੱਚ 1957 ਦੇ ਵਿੱਚ ਪਰ ਇਸ ਫਿਲਮ ਨੂੰ ਔਸਕਰ ਅਵਾਰਡ ਨਹੀਂ ਮਿਲਿਆ ਸੀ ਇਹ ਫਰਸਟ ਇੰਡੀਅਨ ਮੂਵੀ ਸੀ ਜੋ ਔਸਕਰ ਦੇ ਲਈ ਨੋਮੀਨੇਟ ਕੀਤੀ ਗਈ ਸੀ ਅਗਲਾ ਕੁਐਸਚਨ ਔਸਕਰ ਜਿੱਤਣ ਵਾਲੀ ਪਹਿਲੀ ਭਾਰਤੀ ਫਿਲਮ ਕਿਹੜੀ ਸੀ ਵਿੱਚ ਇੰਡੀਅਨ ਫਿਲਮ ਹੂ ਵਨ ਔਸਕਰ ਅਵਾਰਡ ਭਾਰਤ ਦੀ ਪਹਿਲੀ ਫਿਲਮ ਕਿਹੜੀ ਸੀ ਜਿਸ ਨੂੰ ਅਵਾਰਡ ਮਿਲੇ ਸੀਗਾ ਓਸਕਰ ਅਵਾਰਡ ਮਿਲੇ ਸੀ ਤੇ ਇਸ ਦਾ ਰਾਈਟ ਆਨਸਰ ਹੈ অপਸ਼ਨ ਏ ਗਾਂਧੀ ਗਾਂਧੀ ਮੂਵੀ ਸੀ ਜਿਸ ਨੂੰ ਭਾਰਤ ਦੀ ਪਹਿਲੀ ਮੂਵੀ ਜਿਸ ਨੂੰ ਓਸਕਰ ਅਵਾਰਡ ਦੇ ਨਾਮ ਦੇ ਨਾਲ ਨਾਮਜ਼ਦ ਸੌਰੀ ਸਨਮਾਨਿਤ ਕੀਤਾ ਗਿਆ ਸੀ ਅਗਰ ਪੁੱਛਿਆ ਜਾਂਦਾ ਹੈ ਉਹ ਪਹਿਲੀ ਮੂਵੀ ਕਿਹੜੀ ਸੀ ਜਿਸ ਨੂੰ ਓਸਕਰ ਅਵਾਰਡ ਦਿੱਤਾ ਗਿਆ ਸੀ 올 ਵਰਲਡ ਦੇ ਵਿੱਚ ਤਾਂ ਉਹ ਪਹਿਲੀ ਮੂਵੀ ਸੀ ਵਿੰਗਸ ਓਸਕਰ ਅਵਾਰਡ ਪ੍ਰਾਪਤ ਕਰਨ ਵਾਲੀ ਸਭ ਤੋਂ ਪਹਿਲੀ ਮੂਵੀ ਸੀ ਉਹ ਸੀ ਵਿੰਗਸ ਕਈ ਵਾਰ ਕੁਐਸਚਨ ਪੁੱਛਿਆ ਜਾਂਦਾ ਹੈ ਭਾਰਤ ਦੇ ਉਹ ਪਹਿਲੇ ਵਿਅਕਤੀ ਕੌਣ ਸੀ ਜਿਸ ਨੂੰ ਓਸਕਰ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ ਭਾਰਤ ਦੇ ਵਿੱਚ ਜੋ ਪਹਿਲੇ ਵਿਅਕਤੀ ਸੀ ਜਿਨ੍ਹਾਂ ਨੂੰ ਓਸਕਰ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ ਉਹ ਸੀ ਬਾਣੂ ਅਥੀਆ ਬਾਣੂ ਅਥੀਆ ਜਿਨ੍ਹਾਂ ਨੂੰ ਓਸਕਰ ਅਵਾਰਡ ਦੇ ਨਾਮ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ ਅਗਲਾ ਕੁਐਸਚਨ ਦੇਖਦੇ ਹਾਂ ਹੂ ਰੋਡ ਰੋਡ ਦਾ ਪੰਚਤੰਤਰਾ ਪੰਚਤੰਤਰਾ ਕਿਸ ਦੁਆਰਾ ਲਿਖਿਆ ਗਿਆ ਹੈ ਪੰਚਤੰਤਰਾ ਦੇ ਲੇਖਕ ਕੌਣ ਨੇ ਤਾਂ ਇਸ ਦਾ ਰਾਈਟ ਆਨਸਰ ਹੈ ਆਪਸ਼ਨ A ਵਿਸ਼ਨੂ ਸ਼ਰਮਾ ਪੰਚਤੰਤਰ ਵਿਸ਼ਨੂ ਸ਼ਰਮਾ ਦੁਆਰਾ ਲਿਖਿਆ ਗਿਆ ਹੈ। ਅਗਲਾ ਕੁਐਸਚਨ ਇਨ ਵਿਚ ਇਅਰ ਦਾ ਜਨਨਪੀਠ ਅਵਾਰਡ ਵਾਸ ਫਰਸਟ ਅਵਾਰਡਡ ਜਨਨਪੀਠ ਅਵਾਰਡ ਸਭ ਤੋਂ ਪਹਿਲਾਂ ਕਦੋਂ ਦਿੱਤਾ ਗਿਆ ਸੀ? ਤਾਂ ਇਸ ਦਾ ਰਾਈਟ ਆਨਸਰ ਹੈ অপਸ਼ਨ B 1965 1965 ਦੇ ਵਿੱਚ ਜਨਨਪੀਠ ਸਭ ਤੋਂ ਪਹਿਲਾਂ 1965 ਦੇ ਵਿੱਚ ਦਿੱਤਾ ਗਿਆ ਸੀ ਤੇ ਇਸ ਦੀ ਸਥਾਪਨਾ 1961 1961 ਦੇ ਵਿੱਚ ਇਸ ਦੀ ਸਥਾਪਨਾ ਹੋਈ ਸੀ। ਪਰ ਇਹ ਸਭ ਤੋਂ ਪਹਿਲਾਂ 1965 ਦੇ ਵਿੱਚ ਦਿੱਤਾ ਗਿਆ ਸੀ ਤੇ ਸਭ ਤੋਂ ਪਹਿਲਾਂ 1965 ਦੇ ਵਿੱਚ ਇਹ ਦਿੱਤਾ ਗਿਆ 30 ਸੰਕਾਰਾ ਕੁਰੂਪ ਨੂੰ ਜੋ ਕਿ ਇੱਕ ਮਲਿਆਲਮ ਪੋਇਟ ਸੀਗੇ ਉਹਨਾਂ ਨੂੰ ਜਨਨਪੀਠ ਅਵਾਰਡ ਸਭ ਤੋਂ ਪਹਿਲਾਂ ਦਿੱਤਾ ਗਿਆ ਸੀ ਜੋ ਜਨਨਪੀਠ ਅਵਾਰਡ ਹੈ ਉਹ ਭਾਰਤ ਦਾ ਸਭ ਤੋਂ ਪੁਰਾਣਾ ਅਤੇ ਸਭ ਤੋਂ ਹਾਈਐਸਟ ਇੰਡੀਅਨ ਪੋਇਟਰੀ ਸੌਰੀ ਹਾਈਐਸਟ ਇੰਡੀਅਨ ਲਿਟਰੇਸੀ ਅਵਾਰਡ ਹੈ ਜੋ ਜਨਨਪੀਠ ਅਵਾਰਡ ਹੈ ਭਾਰਤ ਦਾ ਸਭ ਤੋਂ ਪੁਰਾਣਾ ਤੇ ਹਾਈएस्ट ਲਿਟਰੇਸੀ ਅਵਾਰਡ ਹੈ ਇਹ 1965 ਦੇ ਵਿੱਚ ਸਭ ਤੋਂ ਪਹਿਲਾਂ ਦਿੱਤਾ ਗਿਆ ਸੀ ਅਗਲਾ ਕੁਐਸਚਨ ਬੀ ਆਰ ਅੰਬੇਦਕਰ ਨੇ ਭਾਰਤੀ ਸੰਵਿਧਾਨ ਦੇ ਆਰਟੀਕਲ 32 ਨੂੰ ਭਾਰਤੀ ਸੰਵਿਧਾਨ ਦਾ ਦਿਲ ਅਤੇ ਰੂਹ ਘਰਾਰ ਦਿੱਤਾ ਨਿਮਨਲਿਖਤ ਵਿੱਚੋਂ ਕਿਹੜਾ ਇੱਕ ਬੁਨਿਆਦੀ ਹੱਕ ਹੈ ਇਹਨਾਂ ਦੇ ਵਿੱਚੋਂ ਉਹ ਕਿਹੜਾ ਆਰਟੀਕਲ ਹੈ ਜਿਹੜਾ ਇਸ ਦੇ ਅੰਡਰ ਆਂਦਾ ਹੈ ਆਰਟੀਕਲ 32 ਜਿਸ ਨੂੰ ਬੀ ਆਰ ਅੰਬੇਦਕਰ ਦੁਆਰਾ ਹਾਰਟ ਐਂਡ ਸੌਲ ਆਫ ਇੰਡੀਅਨ ਕਨਸਟੀਟਿਊਸ਼ਨ ਭਾਰਤੀ ਸੰਵਿਧਾਨ ਦਾ ਦਿਲ ਅਤੇ ਰੂਹ ਕਿਹਾ ਹੈ ਤਾਂ ਇਸ ਦਾ ਰਾਈਟ ਆਨਸਰ ਹੋਏਗਾ ਆਪਸ਼ਨ ਬੀ ਰਾਈਟ ਟੂ ਕਨਸਟੀਟਿਊਸ਼ਨਲ ਰੈਮਡੀਜ਼ ਰਾਈਟ ਟੂ ਕਨਸਟੀਟਿਊਸ਼ਨਲ ਰੈਮਡੀਜ਼ ਅਗਲਾ ਕੁਐਸਚਨ ਭਾਰਤੀ ਸੰਵਿਧਾਨ ਦੀ ਨੌਵੀਂ ਨੀ ਸੂਚੀ ਕਿਸ ਸੋਧ ਦੁਆਰਾ ਸ਼ਾਮਿਲ ਕੀਤੀ ਗਈ ਸੀ ਭਾਰਤ ਦੇ ਵਿੱਚ ਟੋਟਲ ਭਾਰਤ ਦੇ ਸੰਵਿਧਾਨ ਦੇ ਵਿੱਚ ਟੋਟਲ 12 ਸਕੇਜੂਲ ਨੇ ਜਿਸ ਦੇ ਵਿੱਚੋਂ ਨੌਵੀਂ ਸਕੇਜੂਲ ਕਦੋਂ ਸ਼ਾਮਿਲ ਕੀਤੀ ਗਈ ਸੀ ਤੇ ਕਿਸ ਅਮੈਂਡਮੈਂਟ ਦੁਆਰਾ ਸ਼ਾਮਿਲ ਕੀਤੀ ਗਈ ਸੀ ਤਾਂ ਇਸ ਦਾ ਰਾਈਟ ਆਨਸਰ ਹੈ অপਸ਼ਨ A ਫਸਟ ਅਮੈਂਡਮੈਂਟ ਪਹਿਲੀ ਸੋਧ ਦੁਆਰਾ ਜੋ ਨੌਵੀਂ ਸਕੇਜੂਲ ਸੀਗੀ ਨੋਮਾ ਸ਼ੈਡਿਊਲ ਸੀਗਾ ਉਸ ਨੂੰ ਭਾਰਤੀ ਸੰਵਿਧਾਨ ਦੇ ਵਿੱਚ ਸ਼ਾਮਿਲ ਕੀਤਾ ਗਿਆ ਸੀ ਅਗਲਾ ਕੁਐਸਚਨ ਸੰਵਿਧਾਨ ਦੀ ਕਿਹੜੀ ਅਨੁਸੂਚੀ ਰਾਜ ਸਭਾ ਅਤੇ ਉਹਨਾਂ ਦੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਰਾਜ ਸਭਾ ਦੀਆਂ ਸੀਟਾਂ ਦੀ ਵੰਡ ਨਾਲ ਸੰਬੰਧਿਤ ਹੈ ਸੰਵਿਧਾਨ ਦੀ ਕਿਹੜੀ ਸੂਚੀ ਦੇ ਵਿੱਚ ਇਹ ਡਿਕਲੇਅਰ ਕੀਤਾ ਗਿਆ ਹੈ ਕਿ ਰਾਜ ਸਭਾ ਤੇ ਯੂਟੀ ਦੀਆਂ ਸੀਟਾਂ ਨੇ ਉਹ ਕਿਸ ਤਰੀਕੇ ਨਾਲ ਵਿਭਾਜਿਤ ਕੀਤੀਆਂ ਜਾਣਗੀਆਂ ਡਿਵਾਈਡ ਕੀਤੀਆਂ ਜਾਣਗੀਆਂ ਤਾਂ ਇਸ ਦਾ ਰਾਈਟ ਆਨਸਰ ਹੈ অপਸ਼ਨ A 4th ਸਕੇਜੂਲ ਚੌਥੇ ਸ਼ੈਡਿਊਲ ਦੇ ਅਨੁਸਾਰ ਇਹ ਡਿਕਲੇਅਰ ਕੀਤਾ ਗਿਆ ਹੈ ਕਿ ਭਾਰਤ ਦੇ ਵਿੱਚ ਰਾਜ ਸਭਾ ਦੀਆਂ ਜੋ ਸੀਟਾਂ ਨੇ ਉਹ ਕਿਸ ਤਰੀਕੇ ਨਾਲ ਡਿਵਾਈਡ ਕੀਤੀਆਂ ਜਾਣਗੀਆਂ ਤਾਂ ਜਾਂਦੇ ਜਾਂਦੇ ਇੱਕ ਕੁਐਸਚਨ ਜਿਸ ਦਾ ਆਨਸਰ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਦੇਣਾ ਹੈ ਭਾਰਤ ਦੇ ਵਿੱਚ ਪ੍ਰੈਜ਼ੈਂਟ ਟਾਈਮ ਦੇ ਵਿੱਚ ਟੋਟਲ ਕਿੰਨੀਆਂ ਸਟੇਟਸ ਨੇ ਤੇ ਕਿੰਨੀਆਂ ਯੂਟੀਆਂ ਨੇ ਔਰ ਜੋ ਲਾਸਟ ਦੇ ਵਿੱਚ ਯੂਟੀਆਂ ਬਣੀਆਂ ਨੇ ਉਹ ਕਦੋਂ ਬਣੀਆਂ ਨੇ ਤੇ ਕਿਹੜੇ-ਕਿਹੜੀਆਂ ਯੂਟੀਆਂ ਨੇ ਜੋ ਲਾਸਟ ਦੇ ਵਿੱਚ ਬਣਾਈਆਂ ਗਈਆਂ ਨੇ ਤਾਂ ਇਹ ਸੀ ਅੱਜ ਦੀ ਵੀਡੀਓ ਕੱਲ ਦੀ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਕੱਲ ਦੀ ਡੇਟ ਸ਼ਾਮ ਨੂੰ 5 ਵਜੇ ਚੈਨਲ ਦੇ ਨਾਲ ਜੁੜੇ ਰਹੋ ਤੇ ਚੈਨਲ ਅਗਰ ਵਧੀਆ ਲੱਗਿਆ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਸ਼ੇਅਰ ਜ਼ਰੂਰ ਕਰੋ ਥੈਂਕ ਯੂ